अच्छा तू किस तरह गया, मतलब घरों तू जिस तरह तेरी मम्मी ने दसिया कि तू करो कोई सौदा लैन गया? हाँ जी, घरों मैं समान लैन गया। अच्छा, ये रस्ते ही मिले इनके, मैं ऐसे आ रहे हैं, मैं कहा चलो मामू ये साढ़े घर रह रहे हैं, मैं इनकी गल मान लेना, मैं इन्हें नाल चला गया। तो अगे जाके इन्हें क्या क्या पाल गया नहीं, फिर इन्हें पता नहीं कितने अनजान जी जगह चल गया मैं। अच्छा, उत्थे जाके इन्हें क्या तवीज गल च पा लै, तो अगे हालात की गल च पा लै, तवीज जी। अच्छा, गले च तवीज पा लै। हां जी, इन्हें दिता सी तवीज जी, ਉਹ ਇਹਦੇ ਕੋਲ ਸੀ ਪਹਿਲੇ ਹੀ ਤਵੀਜ਼ ਇਹਦੇ ਕੋਲ ਸੀ। ਅੱਛਾ, ਫਿਰ ਤੇ ਉਹ ਇਹਨੇ ਕਿਹਾ ਕਿ ਪਾ ਲੈ, ਅੱਗੇ ਹਾਲਾਤ ਨਹੀਂ ਠੀਕ ਹੈ, ਤੇ ਇਹਨਾਂ ਥੋੜ੍ਹੇ ਜਿਹੇ ਇਹਨਾਂ ਅੱਗੇ ਰਾਹ ਗੰਦਾ। ਹਾਂ, ਉੱਥੇ ਕਬਰਸਤਾਨ ਹੈ, ਆਪਾਂ ਉੱਥੋਂ ਲੰਘਣਾ ਥੋੜ੍ਹਾ ਜਿਹਾ। ਅੱਛਾ, ਇਹ ਤਵੀਜ਼ ਤੂੰ ਗੱਲ 'ਚ ਪਾ ਲੈ, ਇਹ ਡਰਦਾ। ਠੀਕ ਹੈ, ਮੈਂ ਪਾ ਲਿਆ। ਉਦੋਂ ਬਾਅਦ ਨਾ ਇਹਨੇ 4 ਕੁ ਦਿਨ ਮੈਨੂੰ ਕਿਸੇ ਕਮਰੇ ਅੰਦਰ ਰੱਖਿਆ, ਉਦੋਂ ਬਾਅਦ ਉੱਥੇ ਇਕੱਲੇ ਹੀ ਰੱਖਿਆ ਤੈਨੂੰ? ਨਹੀਂ, ਉਦੋਂ ਮੇਰੇ ਨਾਲ ਰਹਿੰਦਾ ਰਿਹਾ। ਅੱਛਾ, ਨਾਲ ਰਹਿੰਦਾ ਰਿਹਾ, ਮਾਰਦਾ ਵੀ ਸੀ? ਰਹਿੰਦਾ ਰਿਹਾ ਕਿ ਆਪਾਂ ਬਸ ਥੋੜ੍ਹੇ ਦਿਨ ਹੈਗੇ ਹਾਂ, ਫਿਰ ਆਪਾਂ ਵਾਪਸ ਚਲਾ ਜਾਏਗਾ। ਅੱਛਾ, ਜਦੋਂ ਤੂੰ ਤਵੀਜ਼ ਪਾਇਆ ਤਾਂ ਤੈਨੂੰ ਕੀ ਮਹਿਸੂਸ ਹੋਇਆ, ਕੀ ਹੋ ਰਿਹਾ ਸੀ? ਮੈਨੂੰ ਇਹ ਮਹਿਸੂਸ ਹੋਇਆ ਕਿ ਹੌਲੀ ਹੌਲੀ ਮੈਨੂੰ ਮਾਂ ਪਿਓ ਦੀ ਯਾਦ ਨਹੀਂ ਆ ਰਹੀ। ਫਿਰ ਇਹ ਮੈਨੂੰ ਪੁੱਛਦਾ ਸੀ ਕਿ ਹਾਂ ਮਾਂ ਪਿਓ ਕੋਲ ਜਾਣਾ ਹੀ, ਮੈਂ ਕਹਿੰਦਾ ਸੀ ਕਿ ਮੇਰਾ ਕੌਣ ਮਾਂ ਪਿਓ, ਮੇਰਾ ਤਾਂ ਕੋਈ ਸੱਕਾ ਨਹੀਂ ਹੈਗਾ। ਅੱਛਾ, ਤਵੀਜ਼ ਦੇ ਨਾਲ ਐਸਾ ਅਸਰ ਹੋ ਗਿਆ ਜੀ? ਉਹ ਇਹਦੇ ਕੋਲ ਕੋਈ ਬੰਦਾ ਆਉਂਦਾ ਸੀ ਆਮਰ ਨਾਂ ਦਾ, ਉਹ 5-6 ਦਿਨ ਬਾਅਦ ਚੱਕਰ ਲਾਉਂਦਾ ਸੀ। ਹਾਂ, ਤੇ ਮੈਨੂੰ ਸ਼ੱਕ ਹੁੰਦੇ ਜੇ ਕਿ ਇਹਨੇ ਤਵੀਜ਼ ਉਹਦੇ ਕੋਲ ਲਿਆ। ਅੱਛਾ, ਹਾਂਜੀ, ਉਹ ਕੋਈ ਉਹਨੇ ਜਿਹੜਾ ਕਾਲਾ ਇਲਮ ਕਰਦਾ ਸੀ ਉਹ? ਹਾਂਜੀ, ਉਹ ਐਤਵਾਰ ਦੇ ਐਤਵਾਰ ਕਾਲਾ ਇਲਮ ਕਰਦਾ, ਕਾਲਾ ਇਲਮ ਕਰਦਾ ਸੀ। ਉਹਨੇ ਗਲੇ ਦੇ ਵਿੱਚ ਤਵੀਜ਼ ਪਾਇਆ, ਔਰ ਹਰ ਟਾਈਮ ਤੂੰ ਤਵੀਜ਼ ਪਾ ਕੇ ਰੱਖਣਾ ਸੀ ਜੀ? ਇਹ ਉਤਾਰੇ ਨੇ 24 ਘੰਟੇ 24 ਘੰਟੇ। ਅੱਛਾ, ਅਤੇ ਬੱਚੇ ਫਿਰ 1.5 ਸਾਲ ਕਿਸ ਤਰ੍ਹਾਂ ਗੁਜ਼ਰਿਆ, ਕੀ ਹੋਇਆ, ਤੈਨੂੰ ਕੁਛ ਯਾਦ ਹੈ? ਜੀ ਯਾਦ ਹੈ। ਕੀ ਦੱਸ? ਯਾਨੀ ਕਿ ਪਹਿਲੇ ਫੈਕਟਰੀ ਲੋਏ ਰੱਖੇ, ਇਹਨੂੰ ਮੈਂ ਕਹਿੰਦਾ ਸੀ ਕਿ ਮੈਂ ਘਰ ਜਾਣਾ, ਯਾਨੀ ਕਿ ਮੈਨੂੰ ਬਾਹਰ ਜਾਣ ਦੇ। ਇਹਨੇ ਸਿਕਿਉਰਿਟੀ ਗਾਰਡ ਨੂੰ ਮਨਾ ਕੀਤਾ ਕਿ ਜਦੋਂ ਤੂੰ ਆਪ ਰੋਟੀ ਖਾਂਦੇ ਰਹੇਗਾ ਨਾ, ਉਹ ਜਿਹੜੀ ਰੋਟੀ ਲਿਆ ਦੀ ਕਰੀ, ਇਹਨੂੰ ਬਾਹਰ ਨਹੀਂ ਜਾਣ ਦੇਣਾ। ਅੱਛਾ, ਫੈਕਟਰੀ ਦੇ ਨਾਲ ਕੁਆਟਰ ਸਾਂ ਅੰਦਰ ਹੀ, ਅਤੇ ਮਾਸਟਰ ਕਹਿੰਦਾ ਸੀ ਸਿੱਧਾ ਕੁਆਟਰਾਂ ਜਾਇਆ ਕਰਕੇ ਜੇ ਫਿਰਿਆ ਨਾ ਕਰ, ਅਤੇ ਫਿਰ ਮੈਂ ਫੈਕਟਰੀ ਚਲਾ ਜਾਂਦਾ। ਉਦੋਂ ਬਾਅਦ ਨਾ ਇਹਨੇ ਮੁਰਗੀ ਵਾਲੀ ਦੁਕਾਨ 'ਚ ਲਵਾਇਆ, ਫੈਕਟਰੀ ਉੱਥੋਂ ਖਤਮ ਹੋ ਗਈ, ਅਤੇ ਇਹਨੇ ਮੁਰਗੀ ਵਾਲੀ ਦੁਕਾਨ 'ਤੇ ਉਹਦੇ ਨਾਲ ਰੱਖ ਲਿਆ, ਇਹ 24 ਘੰਟੇ ਮੇਰੇ ਉੱਥੇ ਰਹਿੰਦਾ ਸੀ। ਅੱਛਾ, ਖੁਦ ਵੀ ਕੰਮ ਕਰਦਾ ਸੀ ਕਿ ਨਹੀਂ? ਜੀ, ਖੁਦ ਵੀ ਕਰਦਾ ਸੀ। ਅੱਛਾ, ਮੇਰੇ ਨਾਲ ਕਰਦਾ ਸੀ, ਮੈਂ ਪਿੱਛੇ ਹੈਲਪਰ ਹੁੰਦਾ ਸੀ, ਅੱਗੇ ਹੁੰਦਾ ਸੀ। ਠੀਕ ਹੈ, ਉੱਥੇ ਮੇਰੀ ਤਨਖਾਹ ਲੱਗੀ ਸੀ 12,000। ਠੀਕ ਹੈ, ਉਹ ਇਹਦੇ ਕੋਲ ਜਾਂਦੀ ਸੀ, ਮੈਨੂੰ ਇਹ ਦੱਸਦਾ ਹੁੰਦਾ ਸੀ ਕਿ ਮੈਂ ਤੇਰੇ ਵਾਲਦ ਔਰ ਤੇਰੀ ਵਾਲਦਾ ਨੂੰ ਤਨਖਾਹ ਭੇਜਣਾ। ਅੱਛਾ, ਮੈਂ ਚੁੱਪ ਕਰ ਦਿੰਦਾ ਸਾਂ ਕਿ ਚਲੋ ਉਹਨਾਂ ਨੇ ਭੇਜਦਾ। ਅੱਛਾ, ਅਤੇ ਉਦੋਂ ਬਾਅਦ ਫਿਰ ਮੈਂ ਸ਼ਾਂਤ ਰਿਹਾ, ਹੌਲੀ ਹੌਲੀ ਮੇਰੇ ਅੱਬੂ ਰਾਣਾ ਨਾ ਇਹਨਾਂ ਪਰਚਾ ਪੁਰਚਾ ਕਰਾਇਆ, ਇਹਨੇ ਮੈਨੂੰ ਨਹੀਂ ਦੱਸਿਆ। ਜਦੋਂ ਆਖਰੀ ਕੇਸ ਇਹਨੇ ਇਹਨੂੰ ਪਤਾ ਚੱਲ ਗਿਆ ਨਾ ਕਿ ਭਾਰਾ ਹੈ, ਇਹਨੇ ਮੈਨੂੰ ਕਿਹਾ ਪੁੱਤਰ ਤੂੰ ਚਲਾ ਜਾ, ਇਹਨੇ ਕਿਹਾ ਖੋ ਜਾ, ਇਹ ਤਵੀਜ਼ ਲਾਈ ਜਾ, ਇਹਨਾਂ ਨੂੰ ਸ਼ੱਕ ਹੋ ਜਾਏਗਾ ਕਿ ਇਹਦੇ ਕੋਲ ਸੀ ਤਵੀਜ਼, ਇਹਨੇ ਪਾਇਆ। ਅਤੇ ਇਹਨੇ ਤਵੀਜ਼ ਲਵਾਇਆ, ਮੈਂ ਨਿਕਲ ਆਇਆ ਉੱਥੋਂ, ਅਤੇ ਉਹਨੇ ਜਦੋਂ ਤੂੰ ਤਵੀਜ਼ ਉਤਾਰਿਆ ਫਿਰ ਤੈਨੂੰ ਮਾਂ ਬਾਪ ਦੀ ਯਾਦ ਆਉਣਾ ਸ਼ੁਰੂ ਹੋ ਗਈ? ਜੀ, ਆਸਤਾ ਆਸਤਾ। ਅੱਛਾ, ਫਿਰ ਮੈਂ ਨਾ ਉੱਥੇ, ਜਦੋਂ ਤੂੰ ਤਵੀਜ਼ ਪਾਇਆ ਸੀ ਤੇ ਇਹ ਤੈਨੂੰ ਕਹਿੰਦਾ ਸੀ ਕਿ ਤੇਰੇ ਤਨਖਾਹ ਦੇ ਪੈਸੇ ਤੇਰੇ ਮਾਂ ਬਾਪ ਨੂੰ ਭੇਜ ਦਿੱਤੇ ਨੇ, ਤੇ ਉਦੋਂ ਵੀ ਤੂੰ ਤਵੀਜ਼ ਪਾਇਆ ਦੱਸਿਆ ਤੈਨੂੰ ਫਿਰ? ਤੇ ਮੈਂ ਇਹਨੂੰ ਕਹਿੰਦਾ ਸੀ ਕਿ ਚਲੋ ਠੀਕ ਹੈ ਭੇਜ ਦਿੰਦੇ, ਅਤੇ ਮੇਰੇ ਉਹ ਸੱਗੇ ਨਹੀਂ ਹੈਗੇ ਜੀ, ਮੈਂ ਇਹਨਾਂ ਨੂੰ ਨਹੀਂ ਬੁਲਾਉਣਾ, ਅਤੇ ਤੂੰ ਉਹਨਾਂ ਦੀਆਂ ਮੇਰੀਆਂ ਗੱਲਾਂ, ਯਾਨੀ ਕਿ ਉਹਨਾਂ ਦੀਆਂ ਗੱਲਾਂ ਮੇਰੇ ਸਾਹ ਉਹਨਾਂ ਨਾਲ ਕੀਤਾ ਕਰ। ਅੱਛਾ, ਤੂੰ ਇਹ ਇਸ ਤਰੀਕੇ ਕਹਿੰਦਾ ਸਾਂ? ਅੱਛਾ, ਅਤੇ ਆਸਤਾ ਆਸਤਾ ਜਦੋਂ ਉਦੋਂ ਤਵੀਤ ਲਵਾਇਆ ਨਾ ਮੇਰੇ ਕੋਲ, ਮੈਂ ਉੱਥੇ ਕਿਸੇ ਕੋਲ ਪੁੱਛਿਆ ਕਿ ਕੀ ਹਿਸਾਬ ਹੈ ਸੁਸਾਇਟੀ ਦੇ ਨਾਂ ਕੀ, ਫਿਰ ਮੈਂ ਉਹ EMA ਕੋੜਾ ਸਕੀਮ ਸੀ। ਠੀਕ ਹੈ, ਫਿਰ ਉੱਥੋਂ ਮੈਂ ਤੁਰਿਆ ਵਾਂ, ਮੈਂ ਉੱਥੋਂ ਬਾਹਰ ਆਇਆ ਵਾਂ, ਇਹਨੇ ਮੈਨੂੰ ਦਿੱਤਾ 1,000 ਰੁਪਇਆ। ਅੱਛਾ, ਕਹਿ ਲਾ ਜਾ ਖਾ ਪੀ ਲਈ। ਅੱਛਾ, ਉਦੋਂ 1.5 ਸਾਲ ਬਾਅਦ ਇਹਨੇ 1,000 ਰੁਪਇਆ ਦਿੱਤਾ। ਉਸ ਤੋਂ ਪਹਿਲੇ ਕੋਈ ਪੈਸਾ ਨਹੀਂ ਦਿੰਦਾ? ਉਸ ਤੋਂ ਪਹਿਲੇ ਪੈਸਾ ਨਹੀਂ, ਬਸ ਰੋਟੀ। ਅੱਛਾ, ਉਹ ਵੀ ਕਦੀ ਇਹਨੂੰ ਗੁੱਸਾ ਹੁੰਦਾ ਸੀ ਜੇ ਇੱਕ ਟਾਈਮ ਰੋਟੀ ਨਹੀਂ ਖਵਾਉਂਦਾ ਸੀ। ਠੀਕ ਹੈ, ਅਤੇ ਉਦੋਂ ਬਾਅਦ ਮੈਂ ਉੱਥੋਂ LD ਸ਼ਹਿਰ ਤੋਂ ਆਇਆ, ਮੈਂ ਕਿਸੇ ਨੂੰ ਪੁੱਛਿਆ ਕਿ ਜਦੋਂ ਕਾਲਜ ਰੋਡ ਮਜ਼ੈਲ ਚੌਂਕ ਨੂੰ ਰਾਹ ਕਿਹੜਾ ਜਾਂਦਾ, ਫਿਰ ਰੱਖਿਆ ਨੂੰ ਕਿਹਾ ਕਿ ਜਿਹੜਾ ਰਾਹ ਉੱਧਰ ਨੂੰ ਜਾਂਦਾ ਉੱਧਰ ਮੈਨੂੰ ਉਤਾਰ ਦੀ। ਅੱਛਾ, ਅਤੇ ਫਿਰ ਮੈਂ ਨਾ ਹੌਲੀ ਹੌਲੀ ਬਾਗੜੀਆਂ ਦੀ ਤਰਫ ਆ ਗਿਆ। ਅੱਛਾ, ਫਿਰ ਇਹ ਵੀ ਆਪਦੇ ਘਰਾਂ ਨੂੰ ਆ ਗਏ, ਇਹਨੂੰ ਪੁਲਿਸ ਚੁੱਕ ਲਿਆ। ਫਿਰ ਮੈਂ ਨਾ ਰਾਤ ਨੂੰ ਉੱਥੇ ਰਿਹਾ ਬਾਗੜੀਆਂ, ਉੱਥੇ ਕਿਸੇ ਨੇ ਫੋਨ ਕਰਕੇ ਮੇਰੇ ਅੱਬਾ ਨੂੰ ਦੱਸਿਆ ਕਿ ਇਹ ਅਲਫੈਕਸ ਲੱਗੀ ਨਾ ਪੋਸਟਰ, ਅਤੇ ਇਹ ਤੇਰਾ ਨੰਬਰ ਹੈ, ਅਤੇ ਇਸ ਤਰੀਕੇ ਤੇਰਾ ਪੁੱਤਰ ਇੱਥੇ ਨਜ਼ਰ ਆਇਆ। ਫਿਰ ਅੱਬੂ ਮੇਰੇ ਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ, ਆਪ ਵੀ ਨਾਲ ਆਇਆ, ਫਿਰ ਪੁਲਿਸ ਨੇ ਇਹਨੂੰ ਵੀ ਪਕੜ ਲਿਆ ਅਤੇ ਮੈਨੂੰ ਵੀ ਪਕੜ ਲਿਆ। ਅੱਛਾ, ਫਿਰ ਇਹਨਾਂ ਨੇ ਤੈਨੂੰ ਵੀ ਪਕੜ ਲਿਆ।